ਜਦੋਂ 2017 ਦੇ ਵਿੱਚ ਪੰਜਾਬ ਦੇ ਵਿੱਚ ਚੋਣਾਂ ਹੋ ਰਹੀਆਂ ਸੀ, ਉਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਨ ਦੀ ਕਾਫੀ ਵਾਰ ਸਟੇਜ ਤੋਂ ਗੱਲ ਕੀਤੀ ਗਈ ਸੀ, ਪਰ ਕਾਂਗਰਸ ਦੇ ਖੁਦ ਦੇ ਯੂਥ ਕਾਂਗਰਸ ਦੇ ਪ੍ਰਧਾਨ ਹਲਕਾ ਅਟਾਰੀ ਦੇ ਵਿੱਚ ਨਸ਼ਾ ਤਸਕਰੀ ਮਾਮਲੇ ਦੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਇਸ ਗ੍ਰਿਫ਼ਤਾਰੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਅੰਮ੍ਰਿਤਸਰ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਹੈ, ਜਿਸ ਦੇ ਵਿੱਚ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਰਸਾ ਸਿੰਘ ਵਲਟੋਹਾ, ਅਟਾਰੀ ਹਲਕੇ ਦੇ ਸਾਬਕਾ ਵਿਧਾਇਕ ਗੁਲਜ਼ਾਰ ਸਿੰਘ ਰਣੀਕੇ ਅਤੇ ਹੋਰ ਆਗੂ ਮੌਜੂਦ ਸਨ। ਦੇਖੋ, ਪਹਿਲੀ ਗੱਲ ਤੇ ਆ ਜਿਹੜਾ ਰੂਪਾ ਆ, ਰੂਪਾ 10 ਸਾਲ ਲੜਾਈ ਲੜਦਾ ਰਿਹਾ ਵਾ ਨਸ਼ੇ ਦੇ ਅਗੇਂਸਟ, ਇਸ ਸਿਸਟਮ ਦੇ ਅਗੇਂਸਟ, ਔਰ ਉਹਦਾ ਝਗੜਾ ਹੋਇਆ ਥਾਣੇ ਦੇ ਵਿੱਚ, ਜਿਹੜਾ ਉਹਦੇ ਨਾਲ ਮੁਨਸ਼ੀ ਦੇ ਨਾਲ। ਰੂਪੇ ਦਾ ਆਂਢ ਗੁਆਂਢ, ਰੂਪੇ ਦਾ ਇਲਾਕਾ ਸਾਰਾ ਰੂਪੇ ਨੂੰ ਜਾਣਦਾ ਹੈ, ਨਾ ਕਿ ਕੋਈ ਨਵਾਂ ਹੈ ਰੂਪਾ। ਦੂਸਰੀ ਗੱਲ ਇਹ ਆ ਕਿ ਇਹ ਉਹ ਲੋਕ ਗੱਲ ਕਰ ਰਹੇ ਨੇ ਜਿਹੜੇ ਇਹਦੇ 'ਚ ਲਿਪਤ ਨੇ ਪਿਛਲੇ 10 ਸਾਲਾਂ ਤੋਂ। ਅਸੀਂ ਕੀ ਕਰਦੇ ਹਾਂ, ਪਬਲਿਕ ਸਾਨੂੰ ਜਾਣਦੀ ਹੈ, ਅਸੀਂ ਪਬਲਿਕ ਦੇ ਜਵਾਬ ਦੇ ਹਾਂ, ਅਸੀਂ ਕਿੰਨੇ ਕੁ ਲੋਕਾਂ ਦੇ ਲੋਕ ਪੱਖੀ ਕੰਮ ਕੀਤੇ ਆ, ਕਿੰਨੇ ਕੁ ਨਸ਼ੇ ਛਡਵਾਏ, ਕਿੰਨੀ ਕੁ ਨਸ਼ਿਆਂ ਦੇ ਗੇਸਟ ਆਵਾਜ਼ ਬੁਲੰਦ ਕੀਤੀ ਹੈ, ਇਹ ਪਬਲਿਕ ਜਾਣਦੀ ਹੈ। ਸੋ ਇਹ ਜਿਹੜੇ ਨਾ, ਇਹਨਾਂ ਨੂੰ ਆਪਣਾ ਜਿਹੜਾ ਚਿਹਰਾ ਹੈ ਧੁੰਦਲਾ, ਇਹਨਾਂ ਨੂੰ ਵਾਰ ਵਾਰ ਨਜ਼ਰ ਆਉਂਦਾ ਹੈ, ਇਹਨਾਂ ਦੀਆਂ ਜਿਹੜੀਆਂ ਹਾਰਾਂ ਹੋਈਆਂ ਨੇ ਉਹਨਾਂ ਨੂੰ ਬਗਲਾੜ ਚਾ ਕੇ ਬਿਆਨ ਦੇ ਰਹੇ। ਔਰ ਇਹ ਬਿਲਕੁਲ, ਅਸੀਂ ਵੀ ਇਸ ਗੱਲ 'ਤੇ ਕਹਾਂਗੇ, ਜਿਹੜਾ ਕੋਈ ਲਿਪਤ ਆ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ, ਪਰ ਜੇ ਕੋਈ ਨਜਾਇਜ਼ ਹੋਈ ਕਿਸੇ ਨਾਲ, ਨਜਾਇਜ਼ ਵੀ ਨਹੀਂ ਹੋਣੀ ਚਾਹੀਦੀ। ਮੁਨਸ਼ੀ ਨਾਲ ਝਗੜਿਆ ਰੂਪਾ ਥਾਣੇ ਦੇ ਅੰਦਰ, ਉਹਦੀ ਲੋਕੇਸ਼ਨ ਕਢਾ ਲੈਣ, ਔਰ ਅਸੀਂ ਅੱਜ ਵੀ ਕਹਿੰਦੇ ਹਾਂ ਉਹਦੇ 'ਤੇ ਧੱਕਾ ਕੀਤਾ ਗਿਆ ਇਸ ਗੱਲ 'ਤੇ। ਪਰ ਤੁਹਾਡੀ ਸਰਕਾਰ ਆ, ਤੁਹਾਡਾ ਬੰਦਾ ਜਿਹੜਾ ਵਾ, ਤੁਹਾਡਾ ਕਾਂਗਰਸ ਪਾਰਟੀ ਦਾ ਇੱਕ ਅਹੁਦੇਦਾਰ ਆ, ਉਹਦੇ ਨਾਲ ਇਸ ਤਰ੍ਹਾਂ ਧੱਕਾ ਇੱਕ ਮੁਨਸ਼ੀ ਵੱਲੋਂ? ਦੇਖੋ, ਜਦੋਂ ਮੁਨਸ਼ੀ ਨਾਲ ਝਗੜਿਆ, ਉਹਨੇ ਵੀ ਦਾਰੂ ਪੀਤੀ ਸੀ ਰੂਪੇ ਨੇ, ਸਾਡੇ ਆਪਣੇ ਪਾਰਟੀ ਦੇ ਨੁਮਾਇੰਦੇ ਗਏ ਨੇ, ਔਰ ਝਗੜਿਆ, ਮੈਂ ਬਾਈ ਬਹਿ ਗਿਆ, ਮੈਂ ਕਿਹਾ ਜੀ ਦੇਖੋ ਝਗੜੇ ਦਾ ਪਰਚਾ ਜ਼ਰੂਰ ਦਿਓ, ਪਰ ਇਹਨਾਂ ਨੇ ਦਬਾਅ 'ਚ ਆ ਕੇ ਜਿਹੜੇ ਉੱਥੇ ਪੁਲਿਸ ਅਫਸਰ ਸੀ ਉਹਨਾਂ ਨੇ ਕੰਮ ਕੀਤਾ, ਉਹਦੇ ਪੁਲਿਸ ਨੇ ਹੀ ਜਿਹੜੀ 2 ਗ੍ਰਾਮ। ਬਿਲਕੁਲ, ਮੈਨੂੰ ਦੱਸੋ ਕਿ ਰੂਪੇ ਦਾ ਇੱਕ ਬੰਦਾ ਉਹ ਆ ਜਿਹਦਾ ਸਮਾਜਿਕ ਪੱਖ ਆ, ਜਿਹੜਾ ਬੰਦਾ 10 ਸਾਲ ਲੜਾਈ ਲੜਦਾ ਰਿਹਾ, ਉਸ ਬੰਦੇ ਦਾ ਤੁਸੀਂ ਮੇਰੇ 'ਤੇ ਨਹੀਂ, ਤੁਸੀਂ ਕਿਤਿਓਂ ਪਤਾ ਕਰ ਲਓ। ਜੇ ਕੋਈ ਬੰਦਾ ਇਹ ਕੰਮ ਕਰਦਾ ਤਾਂ ਅਗਲਾ ਪਿਛਲਾ ਕਨੈਕਸ਼ਨ ਤਾਂ ਹੋਊਗਾ ਨਾ, ਉੱਥੋਂ ਦਾ ਕਨੈਕਸ਼ਨ ਕੱਢ ਕੇ ਭਾਵੇਂ ਜਿੰਨੀ ਮਤਲਬ ਵੱਡੀ ਤੋਂ ਵੱਡੀ ਸਜ਼ਾ ਦੇਣੀ ਚਾਹੀਦੀ। ਪਰ ਇਹ ਨਹੀਂ ਕਿ ਝਗੜੇ ਵਾਲੀ ਜਿਹੜੀ ਲੜਾਈ ਆ ਉੱਥੇ ਤੁਸੀਂ ਕਿਸੇ 'ਤੇ ਨਸ਼ਾ ਪਾ ਦਿਓ, ਕਿਸੇ 'ਤੇ ਕੁਛ ਕਰ ਦਿਓ, ਕਿਉਂਕਿ ਇਹਨਾਂ ਦੇ ਸਮੇਂ 'ਚ ਹੁੰਦਾ ਆ, ਇਹਨਾਂ ਦੇ ਰੰਗ 'ਚ ਹੀ ਰੰਗੇ ਨੇ ਸਿਸਟਮ। ਤੁਹਾਨੂੰ ਲੱਗਦਾ ਕਿ ਹੁਣ ਵੀ ਉਹ ਨਿਜ਼ਾਮ ਚੱਲ ਰਿਹਾ? ਬਿਲਕੁਲ ਬਿਲਕੁਲ, ਉਹਦੇ 'ਤੇ ਦੇਖੋ ਧੱਕਾ ਹੋਇਆ ਜਿਹੜੀ ਗਲਤ ਗੱਲ। ਮਤਲਬ ਹੈ ਕਿ ਹੁਣ ਵੀ ਅਕਾਲੀ ਦਲ ਦਾ ਹੀ ਨਿਜ਼ਾਮ ਚੱਲ ਰਿਹਾ, ਜਿਸ ਕਰਕੇ ਮੈਂ ਬਿਲਕੁਲ ਜੀ ਦੇਖੋ ਇਹਨਾਂ ਦੇ ਇਹ ਰੰਗੇ ਨੇ, ਇਹਨਾਂ ਦੇ ਨਸ਼ੇ ਅਕਾਲੀ ਦਲ ਦੇ ਪੁਲਿਸ ਦੇ ਉਤਰਦੇ ਨੀਗੇ, ਉਸੇ ਰੰਗ 'ਚ ਰੰਗੀ ਆ। ਔਰ ਬਕਾਇਦਾ ਜਿਹੜਾ ਉੱਥੇ ASI ਹੈ, ਜਿਹੜਾ ਬਕਾਇਦਾ ਉਹਦੀ ਮਤਲਬ ਜੇ ਅੱਜ ਇਹਨੂੰ ਵੈਰੀਫਾਈ ਪੂਰੇ ਤਰੀਕੇ ਨਾਲ ਅੰਦਰ ਤੱਕ ਘੋਕ ਕਰ ਲੈਣ, ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਆਊਗਾ। ਗੁਰਜੀਤ ਸਿੰਘ ਔਜਲਾ, ਤਰਸੇਮ ਸਿੰਘ ਡੀਸੀ, ਇਹਨਾਂ ਵੱਲੋਂ ਸ਼ਹਿ ਦਿੱਤੀ ਗਈ ਆ ਨਸ਼ੇ ਵਾਸਤੇ, ਔਰ ਇਹਨਾਂ ਵੱਲੋਂ ਬਚਾਇਆ ਜਾ ਰਿਹਾ 1/2 ਕਿਲੋ ਹੀਰਨ ਦੀ, 2 ਗ੍ਰਾਮ। ਮੈਂ ਨਾ ਜੀ ਜੇ ਅਸੀਂ ਕੋਈ ਸ਼ਹਿ ਦਿੰਦੇ ਹਾਂ, ਆਫਟਰ ਆਲ ਕੋਈ ਰਿਕਾਰਡ ਹੋਊਗਾ, ਕੋਈ ਸਾਡਾ ਹੋਊ, ਕਿਸੇ ਕੋਲ ਰਿਕਾਰਡ ਹੋਊਗਾ ਨਾ, ਕੋਈ ਗੱਲ ਕਰੇ, ਓਪਨਲੀ ਗੱਲ ਕਰੋ। ਜਿੰਨੇ 1/2 ਕਿਲੋ ਉਹਨੂੰ ਦਿੱਤੀ ਉਹਨੂੰ ਲੈ ਆਉਣ, ਜਿੰਨੇ ਅੱਗੇ ਲੈਣੀ ਉਹਨੂੰ ਲੈ ਆਉਣ। ਇਹਨਾਂ ਨੂੰ ਪਤਾ ਹੋਊਗਾ ਨਾ ਜਿੱਥੋਂ ਆਈ ਹੋਊਗੀ, ਫਿਰ ਇਹਦਾ ਮਤਲਬ ਇਹੀ ਕੰਮ ਕਰਦੇ ਆ ਨਾ, ਸਾਨੂੰ ਤਾਂ ਪਤਾ ਵੀ ਨਹੀਂ ਸਾਡਾ, ਤਾਂ ਰੂਪੇ ਨਾਲ ਮੇਰਾ ਖਿਆਲ ਗੱਲ ਹੋਈ ਨੂੰ ਕਿੰਨਾ ਚਿਰ ਹੋ ਗਿਆ।
ਸੋ ਇਹ ਗੱਲਾਂ ਬੇਬੁਨਿਆਦ ਜਿਹੜੇ ਨੇ, ਇਹਨਾਂ ਦਾ ਕੋਈ ਤੁੱਕ ਨਹੀਂ ਬਣਦਾ। ਦੋਆ ਜੀ, ਤੁਸੀਂ ਜਿੰਨਾ ਬੇੜਾ ਗਰਕ ਕਰ ਚੁੱਕੇ ਜੇ ਆਪਣੇ ਹਲਕੇ ਦੇ ਵਿੱਚ, ਔਰ ਜਿੰਨਾ ਤੁਸੀਂ ਜਵਾਨੀ ਦਾ ਘਾਣ ਕਰ ਚੁੱਕੇ ਜੇ, ਘੱਟੋ ਘੱਟ ਤੁਹਾਡੇ ਮੂੰਹੋਂ ਇਹੋ ਜਿਹੇ ਐਲੀਗੇਸ਼ਨ ਨਹੀਂ ਚੰਗੇ ਲੱਗਦੇ। ਤੁਸੀਂ ਤੇ ਵਿਧਾਨ ਸਭਾ ਦੇ ਵਿੱਚ ਖਲੋਗੇ ਕਿ ਮੈਂ ਅੱਤਵਾਦੀ ਹਾਂ, ਅੱਤਵਾਦੀ ਸੀ, ਅੱਤਵਾਦੀ ਰਹਾਂਗਾ। ਤੁਹਾਡੇ ਵਰਗੇ ਬੰਦੇ ਜਿਹੜੇ ਨੇ ਜਦੋਂ ਇਹੋ ਜਿਹੇ ਬਿਆਨ ਵਿਧਾਨ ਸਭਾ 'ਚ ਦਿੰਦੇ ਆ, ਤੇ ਨਾਲੇ ਤਾਂ ਤੁਸੀਂ ਕਰਦੇ ਜੇ ਮੌਜਾ ਸੰਵਿਧਾਨ ਦੇ ਦਾਇਰੇ ਦੇ ਅੰਦਰ ਰਹਿ ਕੇ, ਤੇ ਨਾਲੇ ਸੰਵਿਧਾਨ ਦੇ ਦਾਇਰੇ ਦੇ ਅੰਦਰ ਰਹਿ ਕੇ ਤੁਸੀਂ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੀ? ਸੋ ਘੱਟੋ ਘੱਟ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਿਆ ਕਰੋ। ਤੇ ਜੇ ਤੁਹਾਡਾ ਵਾਕਿਆ ਤੁਹਾਨੂੰ ਪਤਾ ਕਿੱਦਾਂ ਕਿਲੋ ਸੀ, ਤੇ ਮੈਂ ਕਹਿੰਦਾ ਕਿ ਉਸ ਸਮਗਲਰ ਦਾ ਵੀ ਨਾਂ ਦੱਸੋ, ਤੇ ਘੱਟੋ ਘੱਟ ਸਾਨੂੰ ਅੱਜ ਤੱਕ ਇਹ ਤੇ ਪਤਾ ਲੱਗ ਸਕੇ ਵੀ ਤੁਹਾਡੇ ਇੰਨੇ ਗਾੜੇ ਰਿਸ਼ਤੇ ਉਸ ਸਿਸਟਮ ਨਾਲ ਕਿੱਥੋਂ ਤੱਕ ਚੱਲਣ ਡਏ। ਸੋ ਮੈਂ ਇਹਦੇ ਵਾਸਤੇ ਮੰਗ ਕਰੂੰਗਾ ਕਿ ਇਹ ਇਨਕੁਆਇਰੀ ਜ਼ਰੂਰ ਕੀਤੀ ਜਾਵੇ ਵੀ ਜੇ ਉਹ ਸੀ ਕਿੱਥੋਂ ਆਈ, ਵਿਰਸਾ ਸਿੰਘ ਨੂੰ ਕਿਵੇਂ ਪਤਾ ਲੱਗਾ ਤੇ ਕਿਵੇਂ ਘੱਟ ਪਈ। ਇਹ ਬਿਲਕੁਲ ਸਾਰਾ ਕੁਝ ਪਤਾ ਲੱਗਣਾ ਚਾਹੀਦਾ ਇਸ ਗੱਲ 'ਤੇ, ਇਹਦਾ ਮਤਲਬ ਇਹਦਾ ਸੰਬੰਧ ਹੈਗਾ ਉੱਥੇ। ਸੋ ਇਹਨੇ ਮਾਝੇ ਦਾ ਬੇੜਾ ਗਰਕ ਕੀਤਾ, ਇਹਦਾ ਅੱਜ ਵੀ ਸਮਗਲਿੰਗ ਦੇ ਨਾਲ ਉਹਨੇ ਤਗੜਾ ਸੰਬੰਧ ਆ। ਮੈਂ ਜ਼ਰੂਰ ਇਸ ਸੰਬੰਧੀ ਸਾਰੀ ਸਟੇਟ ਦੀਆਂ ਏਜੰਸੀਆਂ ਨੂੰ ਕਹੂੰਗਾ ਅਤੇ ਇਹ ਅੱਜ ਵੀ ਇਹਦਾ ਚੈੱਕ ਕੀਤਾ ਜਾਵੇ। ਸੋ ਇਹ ਉਹ ਬੰਦਾ ਆ, ਇਹ ਅੱਤਵਾਦੀ ਆ, ਅੱਤਵਾਦੀ ਦੀਆਂ ਗੱਲਾਂ 'ਤੇ ਬਹੁਤਾ ਯਕੀਨ ਨਹੀਂ ਕਰਨਾ ਚਾਹੀਦਾ, ਕਿਉਂਕਿ ਜਿਹੜਾ ਬੰਦਾ ਸੰਵਿਧਾਨ ਦੇ ਜਿਹੜੇ ਸੰਵਿਧਾਨ ਦੇ ਤਹਿਤ ਇਹ MLA ਬਣਿਆ, ਜਿਹਦੇ ਸੰਵਿਧਾਨ ਦੇ ਤਹਿਤ ਇਹ MLA ਦੀਆਂ ਸਾਰੀਆਂ ਫੈਸਿਲਿਟੀਆਂ ਲੈਂਦਾ, ਉਸੇ ਵਿਧਾਨ ਸਭਾ ਦੇ ਵਿੱਚ ਖੜਾ ਹੋ ਕੇ ਜਿਹੜਾ ਬੰਦਾ ਇਹ ਕਹਿੰਦਾ ਕਿ ਮੈਂ ਅੱਤਵਾਦੀ ਸੀ, ਅੱਤਵਾਦੀ ਹਾਂ, ਅੱਤਵਾਦੀ ਰਹਾਂਗਾ, ਅਤੇ ਖੈਰ ਇਹੋ ਜਿਹੀ ਮਾਨਸਿਕਤਾ ਵਾਲੇ ਬੰਦੇ ਸਾਡੇ ਸਮਾਜ ਨੂੰ ਕਿੰਨੀ ਚੰਗੀ ਸੇਧ ਦੇ ਸਕਦੇ ਆ, ਕਿੰਨਾ ਕੁ ਅੱਗੇ ਲਿਜਾ ਸਕਦੇ ਆ, ਇਹਦਾ ਕੋਈ ਕਹਿਣ ਦੇਣ ਦਾ ਕੋਈ ਫਰਕ ਨਹੀਂ ਗਾ। ਵਿਰਸਾ ਸਿੰਘ ਬਲਡੋਆ, ਆਪਣੇ ਪਿੰਡਾਂ ਦੇ ਸਕੂਲਾਂ ਦੀ ਹਾਲਤ ਵੇਖ ਜਾ ਕੇ, ਤੂੰ ਸਾਡੇ ਦੇ ਇਹ ਗੱਲਾਂ ਦੀ ਅਤੇ ਬਾਅਦ 'ਚ ਗੱਲ ਕਰ ਲਈ, ਜਿੱਥੇ ਤੇਰੀ ਡਿਊਟੀ ਸੀ ਤੂੰ ਇੱਕ ਡਿਊਟੀ ਨਹੀਂ ਕੀਤੀ, ਸਿਰਫ ਇੱਕ ਕੰਮ ਕੀਤਾ, ਤੂੰ ਚਿੱਟਾ ਘਰ ਘਰ ਜ਼ਰੂਰ ਵਿਰਸੇ ਮਾਝੇ ਤੋਂ ਲੈ ਕੇ ਸਾਰੇ ਬਲਟੋਏ ਹਲਕੇ ਤੋਂ ਲੈ ਕੇ ਪਹੁੰਚਾਇਆ ਵਾ, ਅਤੇ ਤੂੰ ਉਹਦਾ ਸਰਗਣਾ ਰਿਹਾ ਆ, ਅਤੇ ਸੋ ਇਸ ਕਰਕੇ ਤੈਨੂੰ ਇਹਨਾਂ ਦਾ ਪਤਾ ਹੈ। ਅਤੇ ਮੈਂ ਆਪ ਇਨਕੁਆਇਰੀ ਦੀ ਮੰਗ ਕਰੂੰਗਾ ਵੀ ਜਿੱਦਾਂ ਕਿਲੋ ਸੀ ਅਤੇ ਵਿਰਸਾ ਸਿੰਘ ਬਲਟੋਏ ਦਾ ਪਤਾ ਕਰੂ, ਕਿਹੜਾ ਕਨੈਕਸ਼ਨ ਸੀ ਅਤੇ ਕਿਉਂ ਨਹੀਂ ਉੱਥੋਂ ਤੱਕ ਆਈ। ਕੈਪਟਨ ਅਮਰਿੰਦਰ ਸਿੰਘ ਜੀ ਅਤੇ ਸਮੁੱਚੀ ਕਾਂਗਰਸ ਪਾਰਟੀ ਨੇ ਨਸ਼ਿਆਂ 'ਤੇ ਬਹੁਤ ਜ਼ਿਆਦਾ ਸਿਆਸਤ ਕੀਤੀ ਹੈ। ਨਸ਼ਿਆਂ ਦੇ ਉੱਤੇ ਪੰਜਾਬ ਨੂੰ ਜਿਸ ਕਦਰ ਬਦਨਾਮ ਕੀਤਾ ਗਿਆ, ਔਰ ਬਹੁਤ ਵੱਡਾ ਮੁੱਦਾ ਜਿਹੜਾ ਕਾਂਗਰਸ ਪਾਰਟੀ ਨੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਹੀ ਬਣਾਇਆ, ਔਰ ਕੈਪਟਨ ਅਮਰਿੰਦਰ ਸਿੰਘ ਜੀ ਨੇ ਸਹੁੰ ਵੀ ਖਾਧੀ ਕਿ ਜਿਹੜੀ ਨਸ਼ਿਆਂ ਦੀ ਅਲਾਮਤ ਹੈ ਇਹਨੂੰ 4 ਹਫ਼ਤਿਆਂ ਵਿੱਚ ਖਤਮ ਕਰਾਂਗੇ, ਪਰ ਨਿੱਤ ਦਿਹਾੜੇ ਹੀ ਕਾਂਗਰਸੀ ਆਗੂਆਂ ਦੇ ਨਜ਼ਦੀਕੀਆਂ ਅਤੇ ਕਾਂਗਰਸੀ ਆਗੂਆਂ ਦੀ ਜਿਹੜੀ ਸ਼ਮੂਲੀਅਤ ਹੈ ਨਸ਼ਿਆਂ ਦੇ ਵਿੱਚ ਉਹ ਸਾਹਮਣੇ ਆ ਰਹੀ ਹੈ। ਅਸੀਂ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਤੁਸੀਂ ਸੌ ਨਸ਼ੇ ਖਤਮ ਕਰਨ ਦੀ ਖਾਧੀ ਸੀ ਕਿ ਨਸ਼ੇ ਵੇਚਣ ਅਤੇ ਵਿਕਵਾਉਣ ਦੀ ਖਾਧੀ ਸੀ? ਬੜੇ ਦੁੱਖ ਦੀ ਗੱਲ ਹੈ ਕਿ ਇੱਕ ਕਾਂਗਰਸ ਦੇ ਯੂਥ ਕਾਂਗਰਸ ਦੇ ਪ੍ਰਧਾਨ ਗੁਰ ਇਕਬਾਲ ਸਿੰਘ ਰੂਪਾ ਜਿਹੜਾ ਅਟਾਰੀ ਤੋਂ ਹੈ, ਜਿਹੜਾ ਕਾਂਗਰਸ ਦਾ ਐਂਟੀ ਨਾਰਕੋਟਿਕ ਸੈੱਲ ਉਹਦਾ ਵੀ ਪ੍ਰਧਾਨ ਹੈ ਅਤੇ ਡੈਪੋ ਦਾ ਮੈਂਬਰ ਵੀ ਹੈ, ਉਹ ਬੀਤੇ ਕੱਲ੍ਹ ਹੈਰੋਇਨ ਸਮੇਤ ਫੜਿਆ ਗਿਆ, ਔਰ ਉਹਦੇ ਉੱਤੇ ਪੁਲਿਸ ਨੇ ਰਾਜਸੀ ਦਬਾਅ ਕਰਕੇ ਪੁਲਿਸ ਨੇ ਪੰਗਾ ਤਾਂ ਲੈ ਲਿਆ, ਉਹਨੂੰ ਫੜ ਲਿਆ, ਥਾਣੇਦਾਰ ਨੇ ਜ਼ੁਰਤ ਕੀਤੀ, SHO ਨੇ ਜ਼ੁਰਤ ਕੀਤੀ, ਉਹਨੂੰ ਗ੍ਰਿਫਤਾਰ ਕਰ ਲਿਆ, ਪਰ ਉਸ ਤੋਂ ਬਾਅਦ ਵੀ ਜੋ ਵਾਪਰਿਆ
ਕਿ ਉਹਦੇ ਉੱਤੇ ਜਿਹੜਾ ਮੁਕੱਦਮਾ ਕੀਤਾ ਗਿਆ ਆ ਉਹ ਕੇਵਲ 2 ਗ੍ਰਾਮ ਹੈਰੋਇਨ ਦਾ ਕੀਤਾ ਗਿਆ, ਜਦੋਂ ਕਿ ਉਹਦੇ ਕੋਲੋਂ 1/2 ਕਿਲੋ ਫੜੀ ਗਈ ਹੈ। 1/2 ਕਿਲੋ ਹੈਰੋਇਨ ਉਹਦੇ ਕੋਲੋਂ ਫੜੀ ਗਈ ਹੈ, ਇਹ ਪੂਰੀ ਚਰਚਾ ਔਰ ਅਸਲੀਅਤ ਹੈ। ਅਤੇ ਮੌਜੂਦਾ MLA ਅਟਾਰੀ ਤਰਸੇਮ ਸਿੰਘ ਜੀ DC ਅਤੇ ਜਿਹੜੇ ਮੌਜੂਦਾ ਮੈਂਬਰ ਪਾਰਲੀਮੈਂਟ ਨੇ ਔਜਲਾ ਜੀ, ਉਹਨਾਂ ਦੇ ਦਬਾਅ ਦੇ ਥੱਲੇ ਜਿਹੜਾ ਆ ਪੁਲਿਸ ਨੂੰ ਆਉਣਾ ਪਿਆ, ਕਿਉਂਕਿ ਰੌਲਾ ਪੈ ਚੁੱਕਾ ਸੀ ਉਹਦੀ ਗ੍ਰਿਫਤਾਰੀ ਦਾ, ਵੀ ਉਹਦੇ ਕੋਲੋਂ ਹੈਰੋਇਨ ਬਰਾਮਦ ਹੋਈ ਹੈ, ਡਰੱਗ ਬਰਾਮਦ ਹੋਈ ਹੈ। ਉਹਦਾ ਫਿਰ ਰਾਜਸੀ ਦਬਾਅ ਕਰਕੇ ਉਹਦਾ ਇੰਨਾ ਬਚਾਅ ਇਹਨਾਂ ਨੇ ਕੀਤਾ ਆ, ਜਿਹੜਾ ਕਿ ਮੰਦਭਾਗਾ ਆ, ਕਿ ਪੰਜਾਬ ਦੀ ਧਰਤੀ ਦੇ ਉੱਤੇ ਇੱਕ ਵਿਅਕਤੀ ਕੋਲੋਂ 1/2 ਕਿਲੋ ਹੈਰੋਇਨ ਫੜੀ ਜਾਵੇ। ਅਤੇ ਉਹਦੇ ਉੱਤੇ ਕਾਂਗਰਸੀਆਂ ਦਾ ਚਹੇਤਾ ਹੋਣ ਕਰਕੇ ਉਹਦੇ ਉੱਤੇ ਕੇਵਲ ਅਤੇ ਕੇਵਲ ਜਿਹੜੀ ਆ 2 ਗ੍ਰਾਮ ਹੈਰੋਇਨ ਪਾਈ ਗਈ ਹੈ। ਇਹ ਕਿਉਂ ਹੋਇਆ ਆ, ਇਹਦੀ ਜਿਹੜੀ ਇਨਵੈਸਟੀਗੇਸ਼ਨ ਦੀ ਅਸੀਂ ਮੰਗ ਕਰਦੇ ਹਾਂ, ਵੱਡੇ ਪੱਧਰ 'ਤੇ ਮੰਗ ਕਰਦੇ ਹਾਂ ਕਿ ਇੱਕ ਵਿਅਕਤੀ ਕੋਲੋਂ 1/2 ਕਿਲੋ ਹੈਰੋਇਨ ਫੜੀ ਗਈ ਹੈ ਅਤੇ ਰਾਜਸੀ ਦਬਾਅ ਕਰਕੇ ਉਹਦੇ 'ਤੇ 2 ਗ੍ਰਾਮ ਹੀ ਕਿਉਂ ਪਾਈ ਗਈ ਹੈ, ਬਾਕੀ ਕਿੱਥੇ ਗਈ ਹੈ। ਔਰ ਨਾਲ ਹੀ ਇਹ ਵਿਅਕਤੀ ਜਿਹੜਾ ਕਿ ਬੜਾ ਪ੍ਰਭਾਵਸ਼ਾਲੀ ਹੈ, ਪੰਜਾਬ ਦੀ ਸਮੁੱਚੀ ਕੈਬਨਿਟ ਦੇ ਨਾਲ ਇਹਦੀਆਂ ਫੋਟੋਆਂ ਨੇ, MLA ਦੇ ਨਾਲ ਤਾਂ ਹੈਗੀਆਂ ਮੌਜੂਦਾ ਦੇ ਨਾਲ, MP ਸਾਹਿਬ ਨਾਲ ਵੀ ਹੈਗੀਆਂ ਨੇ। ਪੰਜਾਬ ਦੀ ਕੈਬਨਿਟ ਦਾ ਕੋਈ ਅਜਿਹਾ ਮਿਨਿਸਟਰ ਨਹੀਂ ਜਿਹਦੇ ਨਾਲ ਨਜ਼ਦੀਕੀ ਸ਼ੋਅ ਹੁੰਦੀ ਹੈ ਕਿ ਇਹ ਬੰਦਾ ਬਹੁਤ ਉਹਨਾਂ ਦੇ ਨਜ਼ਦੀਕ ਹੈ। ਇਹ ਵੀ ਚਰਚਾ ਆ ਕਿ ਜਿਹੜੀ ਅਸਲੀਅਤ ਆ, ਭਾਵੇਂ ਪੁਲਿਸ ਮੰਨੇ ਨਾ ਮੰਨੇ, ਕਿ ਜਿਹੜੇ ਆਮ ਕਰਕੇ ਡਰੱਗ ਕੇਸਾਂ ਦੇ ਵਿੱਚ ਪੀਣ ਵਾਲੇ ਪੁਲਿਸ ਫੜ ਕੇ ਲੈ ਆਉਂਦੀ ਹਵਾਲਾਤਾਂ ਦੇ ਵਿੱਚ, ਆਮ ਕਰਕੇ 2-4 ਰੋਜ਼ਾਨਾ ਹੀ ਬੰਦ ਹੁੰਦੇ ਨੇ। ਇਹ ਗੋਰੇਕਬਾਲ ਸਿੰਘ ਰੂਪਾ ਜਿਹੜਾ ਆ, ਜਿਹੜਾ ਯੂਥ ਕਾਂਗਰਸ ਦਾ ਪ੍ਰਧਾਨ ਆ, ਐਂਟੀ ਨਾਰਕੋਟਿਕ ਸੈੱਲ ਦਾ ਪ੍ਰਧਾਨ ਆ, ਜਿਹੜਾ ਡੈਪੋ ਦਾ ਮੈਂਬਰ ਆ ਕਾਂਗਰਸ ਦਾ, ਉਹ ਘਰਿੰਡੇ ਥਾਣੇ ਦੀ ਹਵਾਲਾਤ ਦੇ ਅੰਦਰ ਵੀ ਜਿਹੜੇ ਮੁਲਜ਼ਮ ਨੇ ਉਹਨਾਂ ਨੂੰ ਵੀ ਸਪਲਾਈ ਕਰਦਾ ਰਿਹਾ। ਇਸ ਤੋਂ ਵੱਡੀ ਤੁਸੀਂ ਦੱਸੋ ਬਦਕਿਸਮਤੀ ਕੀ ਪੰਜਾਬ ਦੀ ਹੋ ਸਕਦੀ ਹੈ? ਵੱਧ ਹੈ ਯਾਰ, ਤੁਹਾਡੇ ਸਾਹਮਣੇ ਆ ਰਹੀਆਂ ਗੱਲਾਂ ਸਾਰੀਆਂ ਹੌਲੀ ਹੌਲੀ ਆ ਜਾਣੀਆਂ। ਆਰ DC ਸਾਹਿਬ ਇਹਨਾਂ ਨੂੰ ਦੇ ਦਿੰਦੇ ਹਾਂ। ਇਹ ਨਹੀਂ ਗਾ ਕਿ ਸਾਲ ਪਿੱਛੋਂ ਕਾਰਵਾਈ ਪਾਉਣੀ ਹੈ, ਅਜਿਹੀ ਜਿਹੜੀ ਬੁਰਾਈ ਉਹਦੇ ਵਿਰੁੱਧ ਨਿਤ ਦਿਹਾੜੇ ਨਿਤ ਹਮੇਸ਼ਾ ਜਿਹੜੀ ਲੜਾਈ ਲੜਨੀ ਚਾਹੀਦੀ। ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਹਰਜੀਤ ਸਿੰਘ ਦੀ ਰਿਪੋਰਟ।